तरन तारण दे विच त्योहारां दे चलदे लगातार सख्ती हो रही है। तरन तारण दे विच डीएसपी गुरकिरपाल सिंह अते ट्रैफिक इंचार्ज बलजीत कौर की अगवाई दे विच लगातार हर वाहन की चैकिंग चल रही है। उस दे विच ज़्यादा फोकस किया जा रहा है बुलेट दे उत्ते, बुलेट दे उत्ते जा रहे नौजवानों दीआं चैकिंगां चल रही ने। उस दे नाल ही बुलेट दे विचों हो रहे पटाके अते नॉइज़ पोल्यूशन नूं देखते हुए वड्डे कदम भी चुके जा रहे ने, चलान कट्टे जा रहे ने तरन तारण दे विच ते लगातार ट्रैफिक पुलिस दे वल्लों चैकिंग जारी है। हुण इह नीगा कि फैसटिवल सीजन नूं जरूर मद्देनजर रख्या जा रहा, इह रूटीन च ही चलूगा जी, क्योंकि लोग खास कर जिहड़े आ वेखो बुलेट दे मोटरसाइकलां दे पटाके वजा रहे ने, इहनां तों इह वी पता कीता जाऊगा भी इहनां ने इह साइलेंसर लवाए किहदे कोल, उस दुकानदार ते वी कारवाई होगी। ਅਸੀਂ ਇਹਨਾਂ ਤੋਂ ਵੀ ਪੁੱਛਗਿੱਛ ਕਰਾਂਗੇ ਤੇ ਹੁਣੇ ਹੁਣੇ ਅਸੀਂ ਦੋ ਬੁਲਟ ਵਾਲੇ ਘੇਰੇ ਸੀਗੇ ਦੋਨਾਂ ਦੇ ਪਟਾਕਿਆਂ ਦਾ, ਇਹਨਾਂ ਨੂੰ ਮੋਟਰਸਾਈਕਲ ਬੌਂਡ ਕੀਤੇ ਨੇ ਤੇ ਇਸ ਤਰ੍ਹਾਂ ਹੀ ਬਿਨਾਂ ਨੰਬਰ ਪਲੇਟ ਵਾਲੇ ਜਿਹੜੇ ਆਉਂਦੇ ਨੇ ਜਾਂ ਟ੍ਰਿਪਲ ਰਾਈਡਿੰਗ ਵਾਲੇ, ਹਰ ਤਰ੍ਹਾਂ ਦਾ ਜਿਹੜਾ ਬੰਦਾ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦਾ ਆ ਉਹਦਾ ਚਲਾਨ ਕੀਤਾ ਜਾਊ। ਲੋਕਾਂ ਨੂੰ ਕੀ ਅਪੀਲ ਕਰਦੇ ਹੋ? ਲੋਕਾਂ ਨੂੰ ਅਸੀਂ ਵਾਰ ਵਾਰ ਹੁਣ ਰੋਜ਼ ਹੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ, ਪ੍ਰੋਪਰ ਵੇ ਨਾਲ ਜਾਓ, ਹੈਲਮਟ ਲਓ, ਟ੍ਰਿਪਲ ਰਾਈਡਿੰਗ ਨਾ ਕਰੋ, ਆਪਣੇ ਕਾਗਜ਼ ਪੱਤਰ ਕੰਪਲੀਟ ਰੱਖੋ। ਇਹ ਵਾਰ ਵਾਰ ਅਪੀਲ ਹੈ ਲੋਕਾਂ ਨੂੰ। ਜਿਹੜੇ ਬੁਲਟ ਦੇ ਪਟਾਕੇ ਪਾਉਂਦੇ, ਚੇਤਾਵਨੀ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਆ? ਚੇਤਾਵਨੀ ਇਹ ਆ ਵੀ ਜਿਹੜਾ ਬੁਲਟ ਦੇ ਪਟਾਕੇ ਜਿਹਦੇ ਲੱਗੇ ਆ, ਜਾਂ ਤੇ ਉਹ ਆਪਣਾ ਉਹ ਸਾਇਲੈਂਸਰ ਜਾਂ ਹਟਾ ਲੇ, ਨਹੀਂ ਤੇ ਕੋਈ ਵੀ ਨਹੀਂ ਬਖਸ਼ਿਆ ਜਾਊਗਾ। ਹਰ ਇੱਕ ਮੁਲਾਜ਼ਮ ਨੂੰ ਇਹ ਹਦਾਇਤ ਦਿੱਤੀ ਗਈ ਆ ਕਿ ਟੀਨੇਜ ਨੂੰ ਤੇ ਨਾਲ ਨਾਲ ਅਪੀਲ ਆ ਉਹਨਾਂ ਦੇ ਮਾਂ ਪਿਓ ਨੂੰ ਵੀ ਕਿ ਵੇਖੋ ਜਿਹੜਾ ਇਹ ਨਵਾਂ ਕਾਨੂੰਨ ਬਣਿਆ ਉਹਦੇ ਚ ਮਾਂ ਪਿਓ ਨੂੰ ਵੀ ਸਜ਼ਾ ਆ, ਇਸ ਕਰਕੇ ਆਪਸ ਬੱਚਿਆਂ ਨੂੰ ਸਮਝਾਉਣ ਦੇ ਨਾਲ ਨਾਲ ਉਹਨਾਂ ਨੂੰ ਬਾਈਕ ਦੇਣ ਹੀ ਨਾ, ਸਕੂਟਰ ਮੋਟਰਸਾਈਕਲ ਗੱਡੀ ਦੇਣ ਹੀ ਨਾ।